ਜਲ ਸਪਲਾਈ ਦੇ ਮੁਲਾਜ਼ਮਾਂ ਦੁਆਰਾ ਅੱਜ ਤਰਨ ਤਾਰਨ ਵਿਖੇ ਜਲ ਸਪਲਾਈ ਐਂਡ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਪੰਚਾਇਤੀਕਰਨ ਅਤੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਨਾ ਰੋਕੀ ਗਈ ਤਾਂ 7 ਅਕਤੂਬਰ ਨੂੰ ਜਲ ਸਪਲਾਈ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਘਿਰਾਓ ਕੀਤਾ ਜਾਏਗਾ ਅਤੇ ਉਹਨਾਂ ਨੂੰ ਘਰ ਦੇ ਅੰਦਰ ਹੀ ਕੈਦ ਕੀਤਾ ਜਾਏਗਾ, ਜਿਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖੁਦ ਹੋਏਗਾ। ਇਹ ਸਾਡਾ ਅੱਜ ਦਾ ਜਿਹੜਾ ਧਰਨਾ ਤਾਲਮੇਲ ਸੰਘਰਸ਼ ਕਮੇਟੀ, ਜਿਹੜੀ ਸਾਡੇ ਸਾਥੀ ਠੇਕੇ ਵਾਲੇ ਆ ਉਹਨਾਂ ਦੇ ਨਾਲ ਸਾਡਾ ਤਾਲਮੇਲ ਆ, ਰਲ ਕੇ ਜਿਹੜਾ ਅਸੀਂ ਉਹ ਲਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਪਟਿਆਲੇ ਦੇ ਅੰਦਰ ਬਹੁਤ ਵੱਡਾ ਜਿਹੜਾ ਧਰਨਾ ਲਾ ਕੇ ਆਏ ਹਾਂ। ਉਸ ਧਰਨੇ ਦੇ ਅੰਦਰ ਸਾਡੀ ਜਿਹੜੀ ਉੱਥੇ ਪ੍ਰਸ਼ਾਸਨ ਨੇ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਉਹ ਕਰਵਾਉਣ ਲਈ ਮੀਟਿੰਗ ਰੱਖੀ ਸੀ, ਉਹ ਮੀਟਿੰਗ ਜਿਹੜੀ ਆ ਸਾਡੀ ਬੇਸਿੱਟਾ ਰਹੀ ਆ, ਔਰ ਉਸ ਦਾ ਕਰਕੇ ਅਸੀਂ ਜਿਹੜੇ ਪਹਿਲਾਂ ਡਿਵੀਜ਼ਨਾਂ ਦੇ ਧਰਨੇ ਲਾਏ ਆ, ਪੁਤਲੇ ਫੂਕ ਰਹੇ। ਉਸ ਤੋਂ ਬਾਅਦ ਜਿਹੜੀ ਸਾਡੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵਾ ਉਹਦੇ ਹਲਕੇ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਸ ਮੁਜ਼ਾਹਰਾ ਕਰਨ ਜਾ ਰਹੇ ਹਾਂ, ਤਾਂ ਕਿ ਜਿਹੜੀਆਂ ਸਾਡੀਆਂ ਸਕੀਮਾਂ ਅੱਜ ਤੋਂ ਪਹਿਲਾਂ ਵੀ ਸਰਕਾਰ ਨੇ ਪੰਚਾਇਤਾਂ ਨੂੰ ਦਿੱਤੀਆਂ ਸੀ, ਜਿਹੜੀਆਂ ਪੰਚਾਇਤਾਂ ਦੇ ਕੋਲ ਕੋਈ ਵਸੀਲੇ ਨਹੀਂ ਆ ਉਹ ਫੇਲ ਹੋ ਗਈਆਂ। ਇਹ ਨਵਾਂ ਜਿਹੜਾ ਤਜਰਬਾ ਫਿਰ ਕਰ ਰਹੇ ਆ, ਲੋਕਾਂ ਨੂੰ ਸਾਫ਼ ਪਾਣੀ ਜਿਹੜਾ ਪੀਣ ਤੋਂ ਸਰਕਾਰ ਭੱਜ ਰਹੀ ਆ, ਕਿਉਂਕਿ ਉਹਨਾਂ ਦੇ ਕੋਲ ਕੋਈ ਟੈਕਨੀਕਲ ਜਿਹੜਾ ਕੰਮ ਨਹੀਂ ਆ, ਕੋਈ ਉਹਨਾਂ ਕੋਲ ਫਿਟਰ ਨਹੀਂ ਆ, ਕੋਈ ਉਹਨਾਂ ਕੋਲ ਫਿਟਰ ਕੁੱਲੀ ਨਹੀਂ ਆ, ਉਹਨਾਂ ਦੇ ਕੋਲ ਬਹੁਤ ਜ਼ਿਆਦੀਆਂ ਜਿਹੜੀਆਂ ਮੁਸ਼ਕਲਾਂ ਵਾ, ਕਿਉਂਕਿ ਜਿਹੜੇ ਮਹਿਕਮਾ ਵਾ ਸਾਡੇ ਜੇਈ ਨੇ, SDO ਨੇ, ਜਿਹੜੇ ਟੈਕਨੀਕਲ ਨੇ ਸਾਡੇ ਬੰਦੇ, ਉਹੀ ਜਿਹੜੇ ਉਹ ਸਕੀਮਾਂ ਨੂੰ ਚਲਾ ਸਕਦੇ ਆ ਜਦੋਂ ਕੋਈ ਖਰਾਬੀ ਹੁੰਦੀ ਆ, ਉਹਨਾਂ ਦੇ ਵੱਸ ਦਾ ਕੰਮ ਨਹੀਂ ਆ। ਇਹ ਸਰਕਾਰ ਦਾ ਇੱਕ ਬਹਾਨਾ ਵਾ ਜਿਹੜੀਆਂ ਸਕੀਮਾਂ ਵਾ ਉਹ ਨਿੱਜੀਕਰਨ ਦੇਣ ਨੂੰ, ਪੰਚਾਇਤਾਂ ਨੂੰ ਦੇਣ ਲਈ। ਇਹ ਪ੍ਰਾਈਵੇਟ ਜਿਹੜਾ ਵਾ ਲੋਕਾਂ ਨੂੰ ਪਾਣੀ ਜਿਹੜਾ ਇਹਨਾਂ ਦੇਣਾ ਵਾ, ਮਹਿੰਗੇ ਭਾਅ ਦੇ ਲੋਕ ਜਿਹੜਾ ਇਹ ਪਾਣੀ ਪੀਣਗੇ, ਇਸ ਕਰਕੇ ਸਰਕਾਰ ਲੋਕਾਂ ਨੂੰ ਜਿਹੜੀਆਂ ਸਿਹਤ ਸਹੂਲਤਾਂ ਦੇਣ ਤੋਂ ਬਿਲਕੁਲ ਜਿਹੜੀ ਉਹ ਭੱਜ ਗਈ ਆ। ਇਸ ਕਰਕੇ ਅਸੀਂ ਇਸ ਚੀਜ਼ ਦਾ ਬਹੁਤ ਵੱਡੇ ਪੱਧਰ 'ਤੇ ਜਿਹੜਾ ਉਹ ਵਿਰੋਧ ਕਰਨ ਜਾ ਰਹੇ ਹਾਂ, ਔਰ ਅਸੀਂ ਮਲੇਰ ਸੱਤ ਉਹਦੇ ਹਲਕੇ ਮੰਤਰੀ ਦੇ ਹਲਕੇ ਦੇ ਵਿੱਚ ਉਹ ਮੁਜ਼ਾਹਰਾ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਸਾਤਰੀ ਨੂੰ ਮਲੇਰਕੋਟਲੇ ਦੇ ਵਿੱਚ ਜਿਹੜੇ ਮੰਤਰੀ ਦਾ ਹਲਕਾ ਉੱਥੇ ਕਰਨ ਜਾ ਰਹੇ ਹਾਂ, ਜਿਹੜਾ ਉਹਦਾ ਹਲਕਾ ਵਾ ਉਸ ਤੋਂ ਬਾਅਦ ਜਿਹੜੀ ਮੀਟਿੰਗ ਕਰਕੇ ਪੰਜਾਬ ਦੀ ਕੋਈ ਜਿਹੜਾ ਨਵਾਂ ਪ੍ਰੋਗਰਾਮ ਹੈ ਫਿਰ ਉਹ ਵਿਢਾਂਗੇ, ਨਵਾਂ ਐਕਸ਼ਨ ਜਿਹੜਾ ਲਵਾਂਗੇ ਵੀ ਉਹ ਜਿਹੜਾ, ਕਿਉਂਕਿ ਸੂਬਾ ਕਮੇਟੀ ਜਿਹੜੀ ਸਾਡੇ ਸਾਥੀ ਆ ਉਸ ਤੋਂ ਬਾਅਦ ਜਿਹੜਾ ਵੀ ਕੋਈ ਪ੍ਰੋਗਰਾਮ ਦੇਣਗੇ ਉਹਨੂੰ ਲਾਗੂ ਕਰਾਂਗੇ, ਪੱਧਰ 'ਤੇ ਸਾੜਨਾ ਹੈ। ਤਰਨ ਤਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।